ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਆਈਏਐਸ ਦੀ ਮੁੱਢਲੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ। ਕਮਿਸ਼ਨ ਵੱਲੋਂ 14624 ਉਮੀਦਵਾਰਾਂ ਦੀ ਮੁੱਖ ਪ੍ਰੀਖਿਆ ਵਾਸਤੇ ਸਿਫਾਰਿਸ਼ ਕੀਤੀ ਗਈ ਹੈ। ਇਹ ਪ੍ਰੀਖਿਆ ਪਿਛਲੇ ਮਹੀਨੇ ਦੀ 28 ਤਰੀਕ ਨੂੰ ਹੋਈ ਸੀ। ਮੁੱਖ ਪ੍ਰੀਖਿਆ 15 ਸਤੰਬਰ ਨੂੰ ਸ਼ੁਰੂ ਹੋਵੇਗੀ। ਮੁੱਢਲੀ ਪ੍ਰੀਖਿਆ ਵਿੱਚ ਪਾਸ ਹੋਏ ਉਮੀਦਵਾਰ ਆਪਣਾ ਨਤੀਜਾ ਯੂਪੀਐਸਸੀ ਦੀ ਵੈੱਬਸਾਈਟ upsc.gov.in ਉੱਪਰ ਦੇਖ ਸਕਦੇ ਨੇ। ਉਮੀਦਵਾਰ ਇਸ ਨਤੀਜੇ ਸੰਬੰਧੀ ਜਾਣਕਾਰੀ ਕਾਮਕਾਜੀ ਦੇ ਨਾਮ ਉੱਪਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਟੈਲੀਫੋਨ ਨੰਬਰ 01123385271 ਅਤੇ 01123098543 ਉੱਪਰ ਹਾਸਲ ਕਰ ਸਕਦੇ ਨੇ ਮੁਢਲੀ ਪ੍ਰੀਖਿਆ ਵਿੱਚ ਪਾਸ ਹੋਏ ਉਮੀਦਵਾਰਾਂ ਨੂੰ ਮੁੱਖ ਪ੍ਰੀਖਿਆ ਲਈ ਅਪਲਾਈ ਕਰਨਾ ਹੋਵੇਗਾ